ਦੇਖੋ ਕੁਦਰਤੀ ਆਫਤ ਹੈ ਇਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਪਰ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਆਫਤ ਤੋਂ ਬਚਣ ਲਈ ਉਹਦੇ ਪਹਿਲਾਂ ਪੂਕਤਾ ਇਤਜ਼ਾਮ ਕਰਨੇ ਚਾਹੀਦੇ ਪਹਿਲੀ ਗੱਲ ਤਾਂ ਇਹ ਕਿ ਇਨ੍ਹਾਂ ਦੇ ਜਿਹੜੇ ਐਮ ਐਲ ਏ ਸਹਿਬਾਨ ਨੇ ਜਦੋਂ ਪਿੰਡਾਂ 'ਚ ਗਏ ਤਾਂ ਲੋਕਾਂ ਨੇ ਤੁਹਾਨੂੰ ਪਤਾ ਵੀ ਉਹਨਾਂ ਦਾ ਕਹਿਜਾ ਸਵਾਗਤ ਕੀਤਾ ਜਿੱਥੇ ਤਾਂ 6 6 ਫੁੱਟ ਪਾਣੀ ਆ ਉੱਥੇ ਤਾਂ ਵੜ ਕੇ ਦੇਖੋ ਨਾ ਫੋਟਾਂ ਖਚਾਓ ਜਿੱਥੇ 6 ਇੰਚ ਪਾਣੀ ਉੱਥੇ ਪਾਣੀ 'ਚ ਖੜ ਕੇ ਸਿਰਫ ਫੋਟਾਂ ਖਚਾਉਣ ਆਉਂਦੇ ਨੇ ਮੁੱਖ ਮੰਤਰੀ ਤੇ ਪਾਣੀ 'ਚ ਵੜਨ ਦੀ ਲੋੜ ਨਹੀਂ ਆ ਮੁੱਖ ਮੰਤਰੀ ਜਿਹੜਾ ਹੈ ਉਹ ਦਫ਼ਤਰ 'ਚ ਬੈਠ ਕੇ ਮੈਨੇਜਮੈਂਟ ਵੀ ਕਰ ਸਕਦਾ ਹੈ ਮਸਲਾ ਇਹ ਹੈ ਕਿ ਤੁਸੀਂ ਮੈਨੇਜ ਕੀ ਕੀਤਾ ਮਸਲਾ ਇਹ ਹੈ ਕਿ ਇਹਨਾਂ ਕੋਲੇ ਵੇਲ ਹੀ ਨਹੀਂ ਵੇਲ ਕਾਦੇ ਤੋਂ ਨਹੀਂ ਟਵੀਟ ਕਰਨ ਤੋਂ ਨਹੀਂ ਵੇਲ ਇਹਨਾਂ ਤੋਂ ਪ੍ਰਚਾਰ ਜਿਹੜਾ ਇਹਨਾਂ ਨੇ ਆਪਣਾ ਕਰਨਾ ਹੈ ਐਡਾ ਮਨਾਉਣੀਆਂ ਨੇ ਉਹ ਤੋਂ ਨਹੀਂ ਹੈਗੀ ਫਿਰ ਉਹ ਤੋਂ ਬਾਅਦ ਜਾ ਕੇ ਦੂਜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਪ੍ਰਚਾਰ ਕਰਨ ਦੇ ਜਿਹੜਾ ਸਮਾਂ ਲਾਉਣਾ ਹੈ ਉਹ ਤੋਂ ਵੇਲ ਹੀ ਹੈਗੀ ਪਰ ਮੁੱਖ ਮੰਤਰੀ ਭਗਵੰਤ ਜੀ ਵੀ ਕਹਿ ਰਹੇ ਨੇ ਕਹਿੰਦੇ ਵੀ ਸਾਡੇ ਦੇ ਤੰਜ ਕੱਸ ਦਿੰਦੇ ਨੇ ਕਹਿ ਦਿੰਦੇ ਨੇ ਵੀ ਆ ਕਰਤਾ ਜੀ ਭਗਵੰਤ ਮਾਨ ਨੇ ਕਰਤਾ ਕਹਿੰਦਾ ਭਗਵੰਤ ਮਾਨ ਬਦਲ ਲਿਆ ਭਗਵੰਤ ਮਾਨ ਨੇ ਪਾਣੀ ਲਿਆਂਦਾ ਭਗਵੰਤ ਮਾਨ ਨੇ ਆ ਕਰਤਾ ਵੀ ਜਿਹੜੇ ਵਿਰੋਧੀ ਨੇ ਭਗਵੰਤ ਮਾਨ ਭਗਵੰਤ ਮਾਨ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਤਕਰੀਬਨ 14 ਜ਼ਿਲ੍ਹੇ ਨੇ ਜਿਹੜੇ ਪੂਰੇ ਪੀੜਤ ਨੇ ਫੜ ਆਏ ਨੇ ਜਿੱਥੇ ਵੱਡੇ ਨੁਕਸਾਨ ਹੋਏ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਕੱਗਰ ਦੇਆ ਦਰਿਆ ਜਿਹੜਾ ਕੱਗਰਚੋਆ ਕਿਤੇ ਨਾ ਕਿਤੇ ਉਹ ਵੀ ਇੱਕ ਟੁੱਟਿਆ ਟੁੱਟਣ ਤੋਂ ਬਾਅਦ ਖਨੋਰੀ ਪਾਤੜਾ ਬਹੁਤ ਵੱਡੇ ਬੁਰੇ ਹਾਲ ਹੋਏ ਨੇ ਪੰਜਾਬ ਦੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਤੜਾ ਖਨੋਰੀ ਵੀ ਪਹੁੰਚੇ ਸਨ ਲਗਾਤਾਰ ਕਹਿ ਰਹੇ ਨੇ ਕਿ ਐਸੀ ਪੰਜਾਬ ਦੇ ਲੋਕਾਂ ਨਾਲ ਹ ਅਤੇ ਤੁਹਾਨੂੰ ਇਹ ਜਾਣਕਾਰੀ ਦੇ ਦਈਏ ਕਿ ਸੰਗਰੂਰ ਤੇ ਪਟਿਆਲਾ ਚ ਜਿਆਦਾ ਵੱਡਾ ਨੁਕਸਾਨ ਕਰ ਰਿਹਾ ਸਰਹੰਦ ਚੋਆ ਸਰਹੰਦ ਚੋਏ ਦੀਆਂ ਪਹਿਲਾਂ ਵੀ ਤੁਸੀਂ ਖਬਰਾਂ ਦੇਖੀਆਂ ਨੇ ਕਿ ਬਹੁਤ ਲਗਾਤਾਰ ਜਿਹੜਾ ਉਹਦਾ ਵਹਾ ਵਧ ਰਿਹਾ ਉਹ ਜਿਹੜਾ ਖਤਰੇ ਤੋਂ ਉੱਪਰ ਚੱਲ ਰਿਹਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਨੈਸ਼ਨਲ ਹਾਈਵੇ ਬਠਿੰਡਾ ਤੋਂ ਚੰਡੀਗੜ੍ਹ ਕਾਬਦਾਂ ਦੇ ਕਰੀਬ ਆ ਸੀ ਬਿਲਕੁਲ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂ ਰਿਹਾ ਕਿ ਸਰਹੰਦ ਚੋਆ ਸਾਹਮਣੇ ਉਹ ਚੋਆ ਲਗਾਤਾਰ ਜਿੱਦੇ ਏਰੀਆ ਦੇ ਵਿੱਚ ਦੀ ਲੰਘਦਾ ਉਧਰ ਵੱਡੇ ਨੁਕਸਾਨ ਕਰ ਰਿਹਾ ਜਿਹੜੇ ਪਿੰਡਾਂ ਦੇ ਵਿੱਚ ਦੀ ਜਾ ਰਿਹਾ ਉਥੇ ਉਸਾਰ ਚਾ ਪੂਰਾ ਉਛਲਿਆ ਪਿਆ ਕਾਫੀ ਪਿੰਡਾਂ ਦਾ ਤਾਂ तकरीबन ਪੂਰੇ ਦਾ ਪੂਰਾ ਨੁਕਸਾਨ ਹੋ ਗਿਆ ਤੇ ਲਗਾਤਾਰ ਜਿਹੜੇ ਕਿਸਾਨ ਨੇ ਉਹੋ ਕਿਤੇ ਨਾ ਕਿਤੇ ਪੀੜਤ ਨੇ ਤੇ ਕਹਿ ਰਹੇ ਨੇ ਕਿ ਸਾਡਾ ਹੱਲ ਕਰੋ ਕਿਉਂਕਿ ਬੁਰਾ ਹਾਲ ਹੋ ਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਪਾਣੀ ਵੜ ਗਿਆ ਜਨਿ ਕਿ ਜਿਵੇਂ ਇੱਕ ਗਗਰ ਦਰਿਆ ਜਾਂ ਸਤਲੁਜ ਬਿਆਸ ਦਰਿਆ ਦੀ ਗੱਲ ਕਰਾਂਗੇ ਆਪਾਂ ਵੱਡੇ ਦਰਿਆ ਨੇ ਉਹ ਵੱਡੇ ਨੁਕਸਾਨ ਉਧਰ ਜਲੰਧਰ ਪਟਿਆਲਾ ਦੁਆਬਾ ਮਾਝੇ 'ਚ ਕਰ ਰਹੇ ਨੇ ਉਸੇ ਤਰ੍ਹਾਂ ਮਾਲਵੇ 'ਚ ਇੱਕ ਕਗਰ ਤੇ ਦੂਜਾ ਸਰਹੰਦ ਚੋਆ ਜਿਹੜਾ ਲਗਾਤਾਰ ਨੁਕਸਾਨ ਕਰ ਰਿਹਾ ਜਿਹਦਾ ਪੱਧਰ ਲਗਾਤਾਰ ਵੱਧ ਰਿਹਾ ਸੋ ਸਾਡੇ ਨਾਲ ਹਲਕਾ ਸੰਗਰੂਰ ਤੋਂ ਬਿੰਦਰਜੀਤ ਗੋਲਡੀ ਸ਼੍ਰੋਮਣੀ ਅਕਾਲੀ ਦਲ ਤੋਂ ਇੰਚਾਰਜ ਨੇ ਉਹ ਪਹੁੰਚੇ ਹੋਏ ਨੇ ਲਗਾਤਾਰ ਜਾਇਜਾ ਬਾਤ ਵੀ ਕਰਾਂਗੇ 골ਡੀ ਜੀ ਤੁਹਾਡੇ ਹਲਕੇ ਦਾ ਕੀ ਹਾਲ ਹੈ ਕਿੰਨਾ ਕੁ ਪੀੜਤ ਨੇ ਕਿਸਾਨ ਸਰਹੰਦ ਚੋ ਆ ਤੁਹਾਡੇ ਏਰੀਆ ਦੇ ਵਿੱਚ ਦੀ ਲੰਘਦਾ ਕੀ ਲੱਗਦਾ ਕਿੰਨਾ ਕੁ ਨੁਕਸਾਨ ਕਰਤਾ ਇਹਨੇ ਜੇ ਦੇਖਿਆ ਜਾਵੇ ਮਾਜਾ ਸਾਹਿਬ ਇਸ ਸਮੇਂ ਤੁਸੀਂ ਦੇਖੋ ਸਰਹੰਦ ਚੋ ਜਿਹੜਾ ਪੂਰਾ ਨੱਕੋ ਨੱਕ ਭਰਿਆ ਚੱਲ ਰਿਹਾ ਤੇ ਪਿਛਲੇ 3-4 ਦਿਨ ਤੋਂ ਬਹੁਤ ਜ਼ਿਆਦਾ ਹਾਲਾਤ ਜਿਹੜੇ ਨੇ ਖਤਰੇ ਵਾਲੇ ਬਣੇ ਹੋਏ ਨੇ ਆ ਬਾਕੀ ਜਿਹੜੇ ਪਿਛਲੇ ਪਿੰਡ ਨੇ ਜਿਵੇਂ ਨੰਦਗੜ ਹੋ ਗਿਆ ਮੈਸੰਬਰ ਹੋ ਗਿਆ ਜਾਂ ਹੋਰ ਛੰਨਾ ਹੋ ਗਿਆ ਉਹਨਾਂ ਪਿੰਡਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਫਸਲਾਂ ਦਾ ਨੁਕਸਾਨ ਕੀਤਾ ਹਾਲਾਂਕਿ ਚਲੋ ਪਿੰਡ ਲੈਵਲ ਤੇ ਉਸ ਜਿਵੇਂ ਆਪਾਂ ਕਹੀਏ ਘੱਗਰ ਵਾਲਾ ਨੁਕਸਾਨ ਹੈ ਉਸ ਪੱਧਰ ਤੇ ਨਹੀਂ ਹੋਇਆ ਪਰਮਾਤਮਾ ਕਿਰਪਾ ਰੱਖੇ ਵਾਇਗਰੂ ਦੀ ਮੇਰ ਹੈ ਪਰੰਤੂ ਅੱਜ ਮੈਂ ਫਸਲਾਂ ਦਾ ਨੁਕਸਾਨ ਆ ਤੁਸੀਂ ਪਿੱਛੇ ਵੀ ਮੇਰੇ ਦੇਖ ਰਹੇ ਹੋ ਇਹ ਫਸਲਾਂ ਦਾ ਨੁਕਸਾਨ ਜਿਹੜਾ ਹੈ ਇਹ ਬਹੁਤ ਵੱਡਾ ਹੋਇਆ ਤੇ ਇੱਥੇ ਇਹ ਇੱਕ ਚੀਜ਼ ਮੈਂ ਕਹਿਣੀ ਚਾਹਣਾ ਦੇਖੋ ਕੁਦਰਤੀ ਆਫਤ ਹੈ ਇਹਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਪਰ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਹ ਸਾਫਾਫਤ ਤੋਂ ਬਚਣ ਲਈ ਉਹਦੇ ਪਹਿਲਾਂ ਪੂਕਤਾ ਇੰਤਜ਼ਾਮ ਕਰਨੇ ਚਾਹੀਦੇ ਨੇ ਅੱਜ ਜਿਹੜਾ ਆ ਦੇਖੋ ਸਰਾਂਚੋ ਦੇ ਜਿਹਦੇ ਨਾਲ-ਨਾਲ ਦੇਖੋ ਤੁਸੀਂ ਕਿਨਾਰੀ ਜਿਹੜੀ ਹੈ ਉਹ ਜੇ ਬਿਲਕੁਲ ਬਰਾਬਰ ਹੈ ਪਾਣੀ ਦੇ ਜੇ ਇਹੀ ਕਿਨਾਰੀ ਦੇ ਥੋੜੀ ਉੱਚੀ ਹੋਰ 5-4 ਫੁੱਟ ਉੱਚੀ ਕੀਤੀ ਹੁੰਦੀ ਤਾਂ ਮੈਨੂੰ ਲੱਗਦਾ ਕਿ ਇਸ ਚੋਦਾ ਜਿਹੜਾ ਪਾਣੀ ਆ ਉਹ ਬਾਹਰ ਨਹੀਂ ਨਿਕਲਣਾ ਸੀ ਤੁਹਾਨੂੰ ਕੀ ਲੱਗਦਾ ਇਹ ਕਿਨਾਰੀ ਦੀ ਉਹ ਗੱਲ ਕਰਾਂਗੇ ਕਤਾਹੀ ਕੀ ਲੱਗਦੀ ਹੈ ਜੇ ਆਪਾਂ ਬਾਰਡਰ ਲਾਈਏ ਇਹ ਕਿਨਾਰੀ ਆ ਜਿਹੜੀ ਇਹਦੇ ਉੱਪਰ ਮਿੱਟੀ ਲਾਈ ਹੋਈ ਹੈਗੀ ਆ ਕਿ ਨਹੀਂ ਆ ਇਦਗੀ ਕੋਈ ਇਹ ਮਿੱਟੀ ਨਹੀਂ ਬਿਲਕੁਲ ਲੱ ਜੇ ਪਾਣੀ ਦੇਖੋ ਅੱਜ ਫਸਲਾਂ ਦੇ ਬਰਾਬਰ ਹੈ ਇਹ ਜੇ ਫਸਲਾਂ ਦੇ ਮਤਲਬ ਖੇਤਾਂ ਦੇ ਬਰਾਬਰ ਹੈ ਜੇ ਇਹ ਖੇਤਾਂ ਤੋਂ ਕੋਈ 2-4 ਫੁੱਟ ਉੱਚਾ ਹੁੰਦਾ ਵਿੱਚ ਰਸਤਾ ਬਣਾਇਆ ਹੁੰਦਾ ਕਿ ਪਾਣੀ ਜੇ ਤਾਂ ਵਾਪਸੀ ਲਈ ਹੈ ਉਧਰ ਨਿਕਲ ਜੇ ਆਦਰਵਾਈਜ਼ ਪਾਣੀ ਇਧਰ ਨਾ ਆਵੇ ਸੋ ਜਦੋਂ ਇਹ ਚੋਨੇ ਨੀਵਾ ਹੋਣਾ ਉਸ ਤੋਂ ਬਾਅਦ ਆਟੋਮੈਟਿਕਲੀ ਇਹ ਪਾਣੀ ਨੇ ਅੰਦਰ ਵਾਪਸ ਚਲੇ ਜਾਣਾ ਤੇ ਮੇਰੀ ਇੱਕ ਪ੍ਰਸ਼ਾਸਨ ਨੂੰ ਵੀ ਪਿੱਛੋਂ ਜਿਹੜੇ ਪਾਣੀ ਛੱਡਣ ਵਾਲੇ ਉਹਨਾਂ ਨੂੰ ਵੀ ਕਹਿਣਾ ਜਿੱਥੇ ਤਾਂ ਨੁਕਸਾਨ ਹੋਇਆ ਉਹ ਤਾਂ ਹੋਇਆ ਉਹਦੀ ਪਰਪਾਈ ਤਾਂ ਨਹੀਂ ਹੋ ਸਕਦੀ ਪਰ ਆਗਲਾ ਜਿਹੜਾ ਨੁਕਸਾਨ ਆ ਉਹਨੂੰ ਬਚਾਇਆ ਜਾ ਸਕੇ ਇਹ ਜੇ ਆਪਾਂ ਇੰਤਜ਼ਾਮ ਕਰੀਏ ਤੇ ਅੱਜ ਜਿਹੜੀ ਇਹ ਸੰਗਤ ਇਸ ਇਲਾਕੇ ਦੀ ਕਿਉਂਕਿ ਚਲੋ ਸੰਗਰੂਰ ਦੇ ਅਸੀਂ ਸੇਵਾਦਾਰ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਚਾਹੇ ਮੈਂ ਆ ਚਾਹੇ ਸ਼੍ਰੋਮਣੀ ਕਾਲਦਾ ਦੇ ਲੀਡਰ ਨੇ ਚਾਹੇ ਨਾਲ ਹੀ ਅਸੀਂ ਕਹਿੰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਆਪਣੇ ਵੱਲੋਂ ਪੂਰ ਜ਼ੋਰ ਕੋਸ਼ਿਸ਼ ਕਰ ਰਹੇ ਆਂ ਪੀੜਤਾਂ ਦੀ ਮਦਦ ਕਰਨ ਵਾਸਤੇ ਜਿਹੜੀ ਸੰਗਤ ਦੀ ਮਦਦ ਕਰਨ ਵਾਸਤੇ ਉਹਦੇ ਤਹਿਤ ਜਿੰਨਾ ਵੀ ਕੋਈ ਅਸੀਂ ਸੇਵਾ ਕਰ ਸਕਾਂਗੇ ਉਹ ਜ਼ਰੂਰ ਕਰਾਂਗੇ ਬਿਲਕੁਲ ਆ ਗੋਲਦੀ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਖਨੌਰੀ ਆਏ ਪਾਤੜਾ ਜਿੱਥੇ ਕੱਗਰ ਨੇ ਬਹੁਤ ਵੱਡਾ ਨੁਕਸਾਨ ਕੀਤਾ ਜੀ ਲਗਾਤਾਰ ਪਾਣੀ ਵਿੱਚ ਵੜੇ ਉਹ ਵੀ ਆਪ ਕਹਿੰਦੇ ਵੀ ਕੋਈ ਮੁੱਖ ਮੰਤਰੀ ਪਹਿਲਾਂ ਅਜਿਹਾ ਨਹੀਂ ਸੀ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੁਣ ਵੀ ਕਦੇ ਪਾਣੀ ਵਿੱਚ ਵੜ ਗਏ ਜੀ ਜਾਂ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਸੋਸ਼ਲ ਮੀਡੀਆ ਤੇ ਇਹ ਵੀ ਕਸੇ ਜਾਂਦੇ ਨੇ ਇੱਕ ਹੈਲੀਕਾਪਟਰ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿ ਇਹ ਤਾਂ ਹੈਲੀਕਾਪਟਰ ਚ ਜਾਇਜਾ ਲੈਣ ਆਲੇ ਜਾਂ ਦੌਰਾ ਕਰਨ ਆਲੇ ਵੀ ਆਮ ਆਦਮੀ ਪਾਰਟੀ ਦੇ ਪਹਿਲੀ ਗੱਲ ਤਾਂ ਇਹ ਕਿ ਇਹਨਾਂ ਦੇ ਜਿਹੜੇ ਐਮ.ਐਲ.ਏ ਸਹਿਬਾਨ ਨੇ ਜਦੋਂ ਪਿੰਡਾਂ 'ਚ ਗਏ ਤਾਂ ਲੋਕਾਂ ਨੇ ਤੁਹਾਨੂੰ ਪਤਾ ਵੀ ਉਹਨਾਂ ਦਾ ਕਹਿਜਾ ਸਵਾਗਤ ਕੀਤਾ ਮੈਂ ਉਹ ਤੇ ਨਹੀਂ ਬੋਲਣਾ ਕਿ ਉਹ ਤਾਂ ਸਭ ਨੂੰ ਸੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਉਹ ਕਿਉਂ ਆਈਆਂ ਨੇ ਕਿਉਂਕਿ ਇਹਨਾਂ ਦੀ ਇੱਕ ਆਦਤ ਬਣ ਗਈ ਜਿੱਥੇ ਤਾਂ 6-6 ਫੁੱਟ ਪਾਣੀ ਆ ਉੱਥੇ ਤਾਂ ਵੜ ਕੇ ਦੇਖੋ ਨਾ ਫੋਟਾਂ ਖਚਾਓ ਜਿੱਥੇ 6 ਇੰਚ ਪਾਣੀ ਉੱਥੇ ਪਾਣੀ 'ਚ ਖੜ ਕੇ ਸਿਰਫ ਫੋਟੋਆਂ ਖਚਾਉਣਾਉਂਦੇ ਨੇ ਬਿਲਕੁਲ ਸਹੀ ਹੈ ਤੁਸੀਂ ਪਾਣੀ 'ਚ ਵੜਿਓ ਪਰ ਪਾਣੀ 'ਚ ਫੋਟੋਆਂ ਸਿਰਫ ਇਸ ਲਈ ਕਿ ਉਹ ਪਬਲਿਸਿਟੀ ਉਹਦੇ ਬੋਰਡ ਬਣਾ ਕੇ ਲਾ ਸਕੋ ਦੇਖੋ ਮੁੱਖ ਮੰਤਰੀ ਮੁੱਖ ਮੰਤਰੀ ਤੇ ਪਾਣੀ ਚ ਵੜਨ ਦੀ ਲੋੜ ਨਹੀਂ ਆ ਮੁੱਖ ਮੰਤਰੀ ਜਿਹੜਾ ਹੈ ਉਹ ਦਫਤਰ ਚ ਬਹਿ ਕੇ ਮੈਨੇਜਮੈਂਟ ਵੀ ਕਰ ਸਕਦਾ ਮਸਲਾ ਇਹ ਹੈ ਕਿ ਤੁਸੀਂ ਮੈਨੇਜ ਕੀ ਕੀਤਾ ਤੁਹਾਨੂੰ ਪਤਾ ਕਿ ਬਰਸਾਤ ਆਉਣੀ ਹੈ ਮੈਂ ਹੁਣੇ ਆਪਾਂ ਗੱਲ ਕੀਤੀ ਹੈ ਕਿ ਚੋਦੇ ਆਲੇ-ਦਾਲੇ ਇਹ ਚੋਦੇ ਵਿੱਚ ਜੇ ਆਲੇ-ਦਾਲੇ ਇਹਦੇ ਕਿਨਾਰੀਆਂ ਤੇ ਮਿੱਟੀ ਪਰਲੇ ਪਾਸੇ ਵੀ ਮਿੱਟੀ ਲੱਗੀ ਹੋਈ ਹੈ ਦੇਖੋ ਕਿੰਡੀ ਉੱਚੀ ਹੈ ਤੇ ਉਰਲੇ ਪਾਸੇ ਜੇ ਲੱਗ ਜਾਂਦੀ ਹੈ ਪਾਣੀ ਆਉਣੀ ਨਹੀਂ ਸੀ ਜਿਹੜਾ ਮਸਲਾ ਕੀ ਹੈ ਤੁਹਾਨੂੰ ਪਤਾ ਹੈ ਤੁਸੀਂ ਕਹਿੰਦੇ ਸਰਕਾਰ ਨੇ ਨਹੀਂ ਕੀਤਾ ਤੁਸੀਂ ਇਹ 2 ਮਹੀਨੇ ਪਹਿਲਾਂ ਇਹੀ ਕੰਮ ਕੀਤਾ ਹੁੰਦਾ ਤੇ ਮਸਲਾ ਹੀ ਨਹੀਂ ਬਦਨਾ ਸੀ ਫਿਰ ਕਹਿੰਦੇ ਕੇਂਦਰ ਤੇ ਇਹ ਪੈਸੇ ਨਹੀਂ ਦਿੱਤੇ ਫਲਾਣੇ ਨੇ ਐ ਨਹੀਂ ਕੀਤਾ ਤੁਸੀਂ 2 ਮਹੀਨੇ ਪਹਿਲਾਂ ਉੱਥੇ ਜਾ ਕੇ ਕੇਂਦਰ ਨੂੰ ਗੱਲ ਕਰਦੇ ਭਾਈ ਅੱਗੇ ਬਰਸਾਤਾਂ ਦਾ ਟਾਈਮ ਹੈ ਸਾਨੂੰ ਪੈਸਾ ਭੇਜੋ ਅਸਲ ਵਿੱਚ ਪਤਾ ਕੀ ਹੈ ਮਸਲਾ ਇਹ ਹੈ ਕਿ ਇਹਨਾਂ ਕੋਲੇ ਵੇਲ ਹੀ ਹੈ ਨਹੀਂ ਵੇਲ ਕਾਦੇ ਤੋਂ ਨਹੀਂ ਟਵੀਟ ਕਰਨ ਤੋਂ ਨਹੀਂ ਵੇਲ ਇਹਨਾਂ ਤੋਂ ਪ੍ਰਚਾਰ ਜਿਹੜਾ ਇਹਨਾਂ ਨੇ ਆਪਣਾ ਕਰਨਾ ਹੈ ਐਡਾ ਮਨਾਉਣੀਆਂ ਨੇ ਉਹ ਤੋਂ ਨਹੀਂ ਹੈਗੀ ਫਿਰ ਉਸ ਤੋਂ ਬਾਅਦ ਜਾ ਕੇ ਦੂਜੇ ਜਿਹੜੀਆਂ ਸਟੇਟਾਂ ਦੇ ਵਿੱਚ ਪ੍ਰਚਾਰ ਕਰਨ ਦੇ ਜਿਹੜਾ ਸਮਾਂ ਲਾਉਣਾ ਹੈ ਉਹ ਤੋਂ ਵੇਹ ਨਹੀਂ ਹੈ ਕਿ ਪੰਜਾਬ ਦੇ ਹਾਲਾਤਾਂ ਦੀ ਜਿਹੜੀ ਹੈ ਮੈਂ ਕਿਸੇ ਚੀਜ਼ ਦੀ ਸਿਆਸਤ ਦੀ ਗੱਲ ਨਹੀਂ ਕਰਦਾ ਦੇਖੋ ਮਾੜੀ ਸਿਆਸਤ ਹੁੰਦੀ ਹੈ ਕਦੇ ਵੀ ਇਹ ਜ਼ਿੰਦਗੀ ਦੇ ਵਿੱਚ ਇਹ ਸਮੇਂ ਚ ਆਪ ਹੈ ਜੀ ਪਰ ਜਦੋਂ ਹੈ ਜੇ ਕੰਮ ਕਰਦੇ ਨੇ ਤਾਂ ਉਹ ਮਨ ਦੇ ਵਿੱਚ ਠੇਸ ਪਹੁੰਚਦੀ ਹੈ ਅੱਜ ਇਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਡਰ ਨਾਲੇ ਭਗਵੰਤ ਮਾਨੀ ਕਹਿੰਦਾ ਸੀ ਨਾ ਕਿ ਗੁਰੂ ਘਰ ਚੋਂ ਗੋਲਕਾਂ ਚੱਕ ਦਿਓ ਅੱਜ ਮੈਂ ਮਾਣ ਨਾਲ ਕਹਿ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਦੀ ਜਿਹੜੀ ਸੇਵਾ ਹੈ ਬੜੀ ਬੇਬਾਕੀ ਨਾਲ ਤੇ ਬੜੀ ਦ੍ਰਿੜਤਾ ਨਾਲ ਨਿਭਾ ਰਹੀ ਹੈ ਅੱਜ ਗੁਰੂ ਘਰਾਂ ਦੇ ਵਿੱਚ ਸਾਡੇ ਗੁਰਦੁਆਰਾ ਨਾਨਕਣਾ ਸਾਹਿਬ ਉੱਥੇ ਅਸੀਂ 10 ਕਿਲੇ ਪਨੀਰੀ ਲਵਾ ਰਹੇ ਹਾਂ ਕਿਉਂਕਿ ਜਿਹੜਾ ਇਹ ਦੇਖੋ ਜਦੋਂ ਹੁਣ ਆਹ ਫਸਲਾਂ ਹੋ ਗਈਆਂ ਨਾ ਖਰਾਬ ਹੋ ਗਈਆਂ ਅਸਲੀ ਤਾਂ ਇਹ ਤੋਂ ਬਾਅਦ ਜਿਹੜਾ ਨੁਕਸਾਨ ਸ਼ੁਰੂ ਹੋਣਾ ਉਹ ਬਹੁਤ ਵੱਡਾ ਹੈ ਪਾਣੀ ਤਾਂ ਨਿਕਲ ਜੂਗਾ ਪਾਣੀ ਦੇ ਨਿਕਲ ਤੋਂ ਬਾਅਦ ਜਿਹੜੇ ਨੁਕਸਾਨ ਆਉਣਾ ਨੇ ਘਰਾਂ ਦੇ ਹੋਰ ਦੇ ਉਹ ਬਹੁਤ ਵੱਡੇ ਨੁਕਸਾਨ ਨੇ ਇਹਦੇ ਵਿੱਚ ਅਸੀਂ ਬੇਨਤੀ ਕੀਤੀ ਸੀ ਤਾਂ ਅੱਜ ਗੁਰਦੁਆਰਾ ਨਾਨਕਾਣਾ ਸਾਹਿਬ ਦੇ ਵਿੱਚ ਅਸੀਂ 10 ਏਕੜ ਚ ਪਨੀਰੀ ਲਾ ਰਹੇ ਜਿਹੜੇ ਜਿਨ੍ਹਾਂ ਦੀ ਫਸਲਾਂ ਮਰ ਗਈਆਂ ਉਹਨਾਂ ਦੇ ਲਈ ਇਹ ਪਨੀਰੀ ਫ੍ਰੀ ਦੇਵਾਂਗੇ ਮੁਫਤ ਮੁਫਤ ਅਗਲਾ ਬਿਲਕੁਲ ਹਾਂ ਜਿਵੇਂ ਜਿਵੇਂ ਨਾਨਕਾਣਾ ਸਾਹਿਬ ਚ ਲਾ ਰਹੇ ਹੋਰ ਜਿਹੜੇ ਗੁਰਦੁਆਰਾ ਸਾਹਿਬ ਉੱਥੇ ਵੀ ਲੱਗਣੀਆਂ ਪੂਰੇ ਪੰਜਾਬ ਮੈਂ ਸਾਰੇ ਕਿਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਵੀ ਇਹ ਬੇਨਤੀ ਕੀਤੀ ਗਈ ਹੈ ਕਿ ਭਾਈ ਤੁਸੀਂ ਜਿਹੜੇ ਗੁਰੂ ਘਰਾਂ ਦੀ ਜ਼ਮੀਨ ਹੈਗੀ ਉੱਥੇ ਲਾਓ ਅਸੀਂ ਕੋਈ ਸਾਭ ਵੀ ਹੈ ਬਾਕੀ ਪਵਾਨੀਗੜ੍ਹ ਵਾਲਾ ਨੂੰ ਵੀ ਜਿੱਥੇ ਵੀ ਸਾਡਾ ਪੋਸੀਬਲ ਹੋਊਗਾ ਇੱਕ ਤਾਂ ਪਨੀਰੀ ਦੂਜਾ ਸੰਗਤ ਦੇ ਲਈ ਲੰਗਰ ਅੱਜ ਗੁਰਦੁਆਰਾ ਨਾਨਕਾਣਾ ਸਾਹਿਬ ਤੋਂ ਘਟੋੜ-ਘਟ 5-700 ਹਜ਼ਾਰ ਬੰਦੇ ਦਾ ਲੰਗਰ ਜਿੰਨਾ ਵੀ ਉਹ ਤਿਆਰ ਕਰ ਸਕਦੇ ਨੇ ਉਹ ਸ਼ੁਰੂ ਹੋ ਗਿਆ ਤਾਂ ਕਿ ਜਿੱਥੇ-ਜਿੱਥੇ ਵੀ ਜ਼ਰੂਰਤ ਹੈ ਲੰਗਰ ਪ੍ਰਸ਼ਾਦੇ ਦੀ ਹੁਣ ਪਵਾਨੀਗੜ੍ਹ ਵਾਲੇ ਗੁਰੂਕੁਰੂ ਘਰ ਵਾਲਿਆਂ ਦਾ ਅੱਜ ਫੋਨ ਆਇਆ ਉਹਨਾਂ ਨੇ ਵੀ ਕਿਹਾ ਕਿ ਸਾਡੇ ਕੋਲ ਦੁੱਧ ਦੀ ਸੇਵਾ ਹੋਰ ਦੀ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੇ ਥਰੂ ਹੀ ਉਹ ਸੰਗਤ ਦੇ ਵਿੱਚ ਪਹੁੰਚ ਰਿਹਾ ਹੈ ਤੇ ਇਹ ਜ਼ਿੰਮੇਵਾਰੀ ਹੁੰਦੀ ਹੈ ਮੈਂ ਉਵੇਂ ਹੀ ਕਹਿਣਾ ਕਿ ਪੰਜਾਬ ਸਰਕਾਰ ਨੇ ਜ਼ਿੰਮੇਵਾਰੀ ਨਿਭਾਉਣੀ ਚਾਹੁੰਦੇ ਆ ਵੀ ਮੁੱਖ ਮੰਤਰੀ ਕੋਲੇ ਟਵੀਟ ਕਰਨ ਦੇ ਜੇ ਉਹਨਾ ਟਾਈਮ ਉਹ ਜਿਹੜੀ ਜਿਹੜੀ ਉਹ ਟਵੀਟ ਬਣਾਉਣ ਤੇ ਟਾਈਮ ਲਾਉਣਾ ਉਹਨਾ ਟਾਈਮ ਥੋੜਾ ਜਾਂ ਨਾ ਜਿਹੜਾ ਬ੍ਰੇਨਸਟਾਰਮਿੰਗ ਉਸ ਚੀਜ਼ ਤੇ ਕੀਤੀ ਜਾਵੇ ਕਿ ਤੁਸੀਂ ਜਿਹੜਾ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਸੁਧਾਰ ਸਕਦੇ ਬਿਲਕੁਲ ਪਰ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਕਹਿ ਰਹੇ ਨੇ ਕਹਿੰਦੇ ਵੀ ਸਾਡੇ ਤੇ ਤੰਜ ਕੱਸ ਦਿੰਦੇ ਨੇ ਕਹਿੰਦੇ ਨੇ ਵੀ ਆ ਕਰਤਾ ਜੀ ਭਗਵੰਤ ਮਾਨ ਨੇ ਕਰਤਾ ਕਹਿੰਦਾ ਭਗਵੰਤ ਮਾਨ ਬਦਲ ਲਿਆ ਭਗਵੰਤ ਮਾਨ ਨੇ ਪਾਣੀ ਲਿਆਂਦਾ ਭਗਵੰਤ ਮਾਨ ਨੇ ਆ ਕਰਤਾ ਵੀ ਜਿਹੜੇ ਵਿਰੋਧੀ ਨੇ ਭਗਵੰਤ ਮਾਨ ਭਗਵੰਤ ਮਾਨ ਕਰੀ ਜਾਂਦੇ ਸੀ ਭਗਵੰਤ ਮਾਨ ਨੇ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਭਗਵੰਤ ਮਾਨ ਸਾਹਿਬ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਬਦਲ ਲਿਆਂਦੇ ਤੁਸੀਂ ਗਲਤ ਉਹਨੂੰ ਨਾ ਮਿਸ ਇੰਟਰਪ੍ਰੀਟ ਕਰਕੇ ਲੋਕਾਂ ਚ ਪੰਬਲ ਬੂਸਾ ਪਾਉਂਦੇ ਨੇ ਉਹ ਅਸੀਂ ਇਹ ਕਿਹਾ ਹੈ ਕਿ ਤੁਸੀਂ ਵਧੀਆ ਮੈਨੇਜਮੈਂਟ ਨਹੀਂ ਕੀਤੀ ਭਗਵੰਤ ਮਾਨ ਨੇ ਬਾਰਿਸ਼ ਆਉਣੀ ਕੁਦਰਤੀ ਆਫਤ ਆਉਣੀ ਉਹ ਪ੍ਰਮਾਤਮਾ ਦੇ ਹੱਥ ਹੈ ਪਰ ਉਸ ਆਫਤ ਤੋਂ ਬਚਣ ਲਈ ਜਿਹੜਾ ਉਹਦੇ ਲਈ ਕੰਮ ਕਰਨਾ ਮੈਨੇਜਮੈਂਟ ਕਰਨੀ ਉਹ ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਜੇ ਅੱਜ ਦੇਖਿਆ ਜਾਵੇ 2013 ਚ ਪਿਛਲੇ 80 ਸਾਲਾਂ ਦਾ ਰਿਕਾਰਡ ਟੁੱਟਿਆ ਸੀ ਜਿਹੜੀ ਬਰਸਾਤ ਦਾ ਸੀ ਪਰ ਉਦੋਂ ਤਾਂ ਹੜ੍ਹ ਨਹੀਂ ਨਾ ਆਇਆ ਪਰ ਅੱਜ ਉਦੋਂ ਕਈ ਗੁਣੇ ਘੱਟ ਬਾਰਿਸ਼ ਹੋਈ ਆ ਫਿਰ ਹੜ੍ਹ ਕਿਉਂ ਆ ਗਏ ਬਿਲਕੁਲ ਵੈਸੇ ਗੋਲਡ ਜੀ ਗੱਲ ਇਹ ਵੀ ਹੁੰਦੀ ਆ 2012 13 ਦੀ ਇਲੈਕਸ਼ਨ ਸੀ ਜਦੋਂ ਤੁਹਾਡੀ ਸਰਕਾਰ ਰੀਪੀਟ ਕਰੀਆ ਕਹਿੰਦੇ ਸੁਖਵੀਰ ਸਿੰਘ ਬਾਦਲ ਇਹ ਗੱਲ ਕਹਿੰਦੇ ਨੇ ਵੋਟਾਂ ਤੋਂ ਪਹਿਲਾਂ ਵੀ ਕੈਲੀਫੋਰਨੀਆ ਬਣਾਵਾਂਗੇ ਪੰਜਾਬ ਨੂੰ ਕਹਿੰਦੇ ਕੈਲੀਫੋਰਨੀਆ ਚ ਇਹਦਾ ਮਤਲਬ ਹੜ੍ਹ ਆ ਗਏ ਜੀ ਕੈਲੀਫੋਰਨੀਆ ਚ ਪਾਣੀ ਆ ਗਏ ਨਹੀਂ ਨਹੀਂ ਪਾਣੀ ਤਾਂ ਕੈਲੀਫੋਰਨੀਆ ਚ ਵੀ ਆਉਂਦਾ ਹੈ ਜੇ ਅਮਰੀਕਾ ਦਾ ਗੱਲ ਦੇਖੋ ਪਾਣੀ ਉੱਥੇ ਵੀ ਆਉਂਦਾ ਹੈ ਹੜ੍ਹ ਉੱਥੇ ਵੀ ਆਉਂਦੇ ਨੇ ਉਹ ਨਹੀਂ ਉਹ ਕੁਦਰਤੀ ਆਫਤਾਂ ਨੇ ਪਰ ਇਹ ਜਿਹੜੀਆਂ ਸੜਕਾਂ ਪ ਇਹ ਕੈਲੀਫੋਰਨੀਆ ਤੋਂ ਘੱਟ ਨਹੀਂ ਹੈਗੀਆ ਜਿਹੜੀਆਂ ਤੇ ਜੇ ਅੱਜ ਪੁਲ ਤੋਂ ਸੀ ਉਹ ਵੱਡਾ ਸਾਰਾ ਪੁਲ ਦੇਖਿਆ ਨਾ ਜਿਹਦੇ ਥੱਲੇ ਦੀ ਜੇ ਪਾਣੀ ਤੇ ਪੁਲ ਦਾ ਗੈਪ ਦੇਖੋ ਨਾ ਘੱਟੋ-ਘੱਟ 15 ਫੁੱਟ ਦਾ ਹੈ ਇਹ ਪੁਲੋਚੇ ਜਿਹੜੇ ਬਣਾਏ ਨੇ ਇਹ ਕਾਲੀ ਦਲ ਦੀ ਸ਼ੁਭਵੀਰ ਸਿੰਘ ਬਾਦਲ ਦੀ ਟਾਈਮ ਦੀ ਬਣੇ ਹੋਏ ਨੇ ਤਾਂ ਹੀ ਪਾਣੀ ਥੱਲੋਂ ਦੀਆਂ ਸ਼ੂ ਕਰਕੇ ਲੰਘਦਾ ਤੇ ਅੱਜ ਜਿਹੜੇ ਪੁਰਾਣੇ ਜਿਹੜੇ ਨਹੀਂ ਬਣੇ 6 ਸਾਲਾਂ ਦੀ ਕਾਂਗਰਸ ਸਰਕਾਰ ਲੰਗੀ 1.5 ਸਾਲ ਇਹਨਾਂ ਦਾ ਹੋ ਗਿਆ ਸਨਾਮ ਵਾਲਾ ਪੁਲ ਹੈ ਉਹਦੇ ਥੱਲੇ ਨਾ ਪਾਣੀ ਲੱਗ ਲੱਗ ਕੇ ਉਹ ਦਬ ਗਿਆ ਅੱਜ ਬੰਦ ਕਰਤਾ ਇਹਨਾਂ ਨੇ ਇਹਨਾਂ ਤੋਂ ਤਾਂ ਪੁਲ ਇੱਕ ਇੱਕ ਮਤ 100 ਫੁੱਟ ਦਾ ਪੁਲ ਨਹੀਂ ਬਣਿਆ ਇਹਨਾਂ ਤੋਂ ਅਜੇ ਤਾਂ ਵੱਡਿਆ ਬਣਾਇਆ ਸੀ ਇਹ ਕਹ ਰਹੇ ਕੈਲੀਫੋਰਨੀਆ ਕਹਿੰਦੇ ਸਮਾਂ ਤਾਂ ਦਿਓ ਸਵਾ ਸਾਲ ਇਹ ਹੋਇਆ ਹਜੇ ਕੋਈ ਗੱਲ ਨਹੀਂ ਜੀ ਕਰਾਂਗੇ ਸਾਰਾ ਇ ਤਾਂ ਇਹੀ ਮਾਜਾ ਸਾਹਿਬ ਸਵਾ ਸਾਲ ਚਲੋ ਛੱਡੋ ਮੈਂ ਕਹਤਾ ਆਪਾਂ ਹਰ ਵੇਲੇ ਪਵਾਨੀ ਘਾਟ ਵਾਲੀ ਰੋਡ ਦੇ ਮੋੜ ਦਾ ਗੱਲ ਕਰਦੇ ਹੋਣੇ ਕਰਦੇ ਆ ਨਾ ਤੁਸੀਂ ਬਾਲਾ 20 ਵਾਰ ਦਾ ਤੁਸੀਂ ਲਾਈਵ ਹੋਇਆ ਉਹ ਯਾਰ ਬੱਟੀ ਪਵਾਨ ਦੇ ਸਵਾ ਸਾਲ ਚ 5 ਟਰੱਕ ਬੱਟੇ ਵੀ ਨਹੀਂ ਸਰਕਾਰ ਪਵਾ ਸਕਦੀ ਮੈਨੂੰ ਲੱਗਦਾ ਵੱਧੋ ਵੱਧ ਲੱਖ ਰੁਪਏ ਦੇ ਨਹੀਂ ਹੋਣੇ ਤੁਸੀਂ ਸੜਕ ਬਣਾਉਣੀਆਂ ਲੇਟ ਬਣਾ ਦੇਓ ਬੱਟੇ ਦਾ ਪਵਾ ਦਿਓ ਕਟੂਕਟਾ ਟੋਏ ਦਾ ਭਰ ਦਣਾ ਪੈਚੀ ਲਵਾ ਦਣਾ ਪੈਚ ਲੱਗਦੇ ਤਾਂ ਕੋਈ 5-4 ਲੱਖ ਹੈ ਸਰਕਾਰ ਕੋਲੇ 5 ਲੱਖ ਰੁਪਏ ਵੀ ਹੈ ਨਹੀਂ ਮੈਂ ਤਾਂ ਆ ਗੱਲ ਕਹਿਣਾ ਗੱਲ ਹੈ ਸੋਚ ਤੇ ਵਿਜਨ ਦੀ ਮੈਂ ਇੱਥੇ ਅੱਜ ਆਪਾਂ ਇੱਥੇ ਆਏ ਆ ਇਹ ਸੜਾਂ ਦੀ ਸਥਿਤੀ ਨੂੰ ਦੇਖਣ ਵਾਸਤੇ ਆਏ ਆ ਇਹ ਚ ਕੋਈ ਦੋਰ ਨਹੀਂ ਸੰਗਤ ਦੇ ਨਾਲ ਖੜਿਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਅਸੀਂ ਸੰਗਤ ਦੇ ਨਾਲ ਆ ਜਿੱਥੇ ਸੇਵਾ ਲਾਉਗੀ ਜਿਹੇ ਜੀ ਸੇਵਾ ਹੋਊਗੀ ਮੈਂ ਪਹਿਲਾਂ ਕਹਿ ਕੇ ਸਭ ਤੋਂ ਵੱਡੀ ਅਗਲੀ ਸਿਸਟਮ ਆਉਣਾ ਜਿੱਥੇ ਲੰਗਰ ਪ੍ਰਸ਼ਾਦੇ ਦਾ ਤੇ ਨਾਲ ਜਿਹੜਾ ਸੰਗਤਾਂ ਦੇ ਵਿੱਚ ਜਿਹੜਾ ਅਗਲੀ ਫਸਲ ਬੀਜਣ ਵਾਸਤੇ ਜਿਹੜੀ ਪਨੀਰੀ ਚਾਹੀਦੀ ਆ ਉਹਦੀ ਸਭ ਤੋਂ ਵੱਡੀ ਲੋੜ ਹੋਣੀ ਹੈ ਉਹਦੇ ਵਾਸਤੇ ਮੈਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਜਿਹੜਾ ਵੀ ਹੈ ਉਹ ਮੁਫਤ ਮੁਹੱਈਆ ਕਰਾਵੇ ਜਿਹੜੀ ਆ ਡਿਪਾਰਟਮੈਂਟ ਆਗਰੀਕਲਚਰ ਤੇ ਨਾਲ ਜਿਹੜਾ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਗੁਰੂ ਘਰਾਂ ਕੋਲ ਜ਼ਮੀਨ ਹੈਗੀ ਆ ਜੇ ਉਹ ਬੀਜ ਸਕਦੇ ਨੇ ਜਿੰਨੀ ਬੀਜ ਸਕਦੇ ਨੇ ਉਹ ਬੀਜ ਕੇ ਸੰਗਤ ਨੂੰ ਫਰੀ ਵੰ ਦਿੱਤੀ ਜਾਵੇ ਬਿਲਕੁਲ ਪੰਜਾਬ ਸਰਕਾਰ ਨੇ ਵੀ ਪੈਕੇਜ ਜਾਰੀ ਕੀਤਾ ਤੇ ਕੇਂਦਰ ਸਰਕਾਰ ਨੇ ਵੀ ਦਿੱਤਾ ਕਿਵੇਂ ਦੇਖਦੇ ਜਿਹੜਾ ਹੜ੍ਹ ਵਾਸਤੇ ਪੈਕੇਜ ਆਇਆ ਠੀਕ ਲੱਗਦਾ ਤੁਹਾਨੂੰ ਵੀ ਵਧੀਆ ਲੋਕਾਂ ਦਾ ਇੱਕ ਕਿਤੇ ਨਾ ਕਿਤੇ ਸਹਿਯੋਗ ਦਿੱਤਾ ਜੋ ਲੋਕਾਂ ਨੂੰ ਫਾਇਦਾ ਹੋਣਾ ਉਹਦੇ ਨਾਲ ਯਾਰ ਬੜੀ ਮੰਦ ਭਾਗੀ ਗੱਲ ਹੈ ਵੀ ਐਡ ਤੇ 750 ਕਰੋੜ ਰੁਪਇਆ ਤੇ ਹੜ੍ਹਾਂ ਲਈ 14 ਜ਼ਿਲ੍ਹਿਆਂ ਲਈ 33 ਕਰੋੜ ਰੁਪਇਆ 2.5 ਕਰੋੜ ਰੁ ਸਵਾ ਦੋ ਕਰੋੜ 14 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਨੇ ਸਵਾ ਦੋ ਕਰੋੜ ਰੁਪਏ ਚੋਂ 50000 ਰੁਪਿਆ ਇੱਕ ਜ਼ਿਲ੍ਹੇ ਨੂੰ ਸਿਰਫ ਪਸ਼ੂਆਂ ਦੀ ਦਵਾਈ ਵਾਸਤੇ ਕਿੱਡੀ ਮੰਦ ਭਾਗੀ ਗੱਲ ਆ ਯਾਰ ਨੁਕਸਾਨ ਬਹੁਤ ਵੱਡਾ ਨੁਕਸਾਨ ਬਹੁਤ ਵੱਡਾ ਹੈ ਜੀ ਅੱਜ ਤੁਸੀਂ ਘੱਗਰ ਵਾਲੇ ਪਾਸੇ ਤੁਸੀਂ ਆ ਜੇ ਆਪਾਂ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਤੁਸੀਂ ਆ ਮੂਨਕਾਲੇ ਪਾਸੇ ਹੋਰ ਪਾਸੇ ਦੇਖੋ ਜਾ ਕੇ ਲੋਕਾਂ ਘਰਾਂ ਦੇ ਘਰ ਤਬਾਹ ਹੋ ਗਏ ਹੁਣ ਕਹਿੰਦੇ ਨੇ ਅਸੀਂ ਗਰਦੌਰੀਆਂ ਕਰਾਂ ਗਰਦੌਰੀਆਂ ਉਦੋਂ ਤੱਕ ਕਹਿੰਦੇ ਸੀ ਕਿ ਬਿਨਾਂ ਗਰਦੌਰੀਆਂ ਤੋਂ ਮੁਆਵਜ਼ਾ ਪਾਵਾਂਗੇ ਦਿਓ ਨਾ ਮੁਆਵਜ਼ਾ ਸਾਰਿਆਂ ਨੂੰ ਕਰੋ ਸਾਰਿਆਂ ਨੂੰ ਮੁਆਵਜ਼ਾ ਵੰਡੋ ਨਾ ਹੁਣ ਕਹੋ ਵੀ ਗਰਦੌਰੀ ਨਹੀਂ ਹਰ ਇੱਕ ਦੇ ਖਾਤੇ 'ਚ 20000 ਰੁਪਏ ਪਾਵਾਂਗੇ ਪਾ ਕੇ ਦਿਖਾਓ ਨਾ ਤੁਹਾਨੂੰ ਪਤਾ ਵੀ ਆਹ ਪਿੰਡਾਂ ਦੀ ਜ਼ਮੀਨ ਇੰਨੇ ਪਿੰਡ ਨੇ ਆਹ ਪਿੰਡਾਂ ਦੀ ਜ਼ਮੀਨ ਰਿਕਾਰਡ ਹੈ ਵੀ ਮੰਨ ਲਓ ਇੱਥੇ 1000 ਕਿਲੇ ਇੱਥੇ 2000 ਕਿਲੇ ਇੱਥੇ 5000 ਕਿਲੇ ਉਹ 5000 ਕਿਲੇ ਦਾ ਇਕੱਠਾ ਜਾਰੀ ਕਰੋ ਵੀ 20000 ਰੁਪਏ ਦੇ ਕਿਲੇ ਦੇ ਹਿਸਾਬ ਨਾਲ ਲੈ ਪਈ ਜੀ ਦੀ ਜੀ ਮਾਲਕੀ ਪੰਦੀ ਆ ਪਤਾ ਫੇਰ ਤਾਂ ਅਸੀਂ ਮੰਨੀ ਐ ਤੁਸੀਂ ਹੁਣ ਗਰਦੌਰੀਆਂ ਕਰੋਗੇ ਕਿਸੇ ਨੂੰ 500 ਪਾਓਗੇ ਕਿਸੇ ਨੂੰ 2000 ਪਾਓਗੇ ਕਿਸੇ ਨੂੰ 200 ਪਾਓਗੇ ਹੁਣ ਮਸਲਾ ਇੱਥੇ ਕੀ ਹੈ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਹੜੀਆਂ ਇਹ ਇਹ ਗੱਲਾਂ ਨੇ ਨਾ ਅੱਜ 33 ਕਰੋੜ ਰੁਪਏ ਤੇ 33 ਕਰੋੜ 14 ਜਿਲ੍ਹਿਆਂ ਨੂੰ ਕੀ ਹੁੰਦਾ ਸਵਾ 2 ਕਰੋੜ ਰੁਪਏ ਚ ਕੀ ਆਉਂਦਾ ਜੀ ਮੈਨੂੰ ਦੱਸ ਦਿਓ ਅੱਜ ਸਵਾ 2 ਕਰੋੜ ਰੁਪਏ ਚ ਕੀ ਆ ਜਾਊਗਾ ਗਾਰੰਟੀ ਹੈ ਉਦੋਂ ਬਾਅਦ ਸੜਕਾਂ ਨੇ ਲੋਕਾਂ ਦੇ ਮਕਾਨ ਨੇ ਲੋਕਾਂ ਦਾ ਕੱਲੀ ਡਿਜਾਸਟਰ ਮੈਨੇਜਮੈਂਟ ਮੈਂ ਪਾਣੀ ਕੱਢਣ ਨੂੰ ਨਹੀਂ 33 ਕਰੋੜ ਪੂਰਾ ਪੈਣਾ ਹਾਲ ਤਾਂ ਤੁਸੀਂ ਬੰਨ ਚਾਰ ਉਹਨਾਂ ਤੋਂ ਲੱਗ ਨਹੀਂ ਰਹੇ ਵਿਚਾਰੇ 4 ਦਿਨ ਹੋ ਗਏ ਖੋਜਲਦੇਆਂ ਨੂੰ ਕਿਵੇਂ ਕਰੋਗੇ ਤੁਸੀਂ ਹਾਲਾ ਇਸ ਕਰਕੇ ਇਹ ਇਹ ਜਿਹੜੇ ਪੈਸੇ-ਪੂਸੇ ਨੇ ਇਹਨਾਂ ਨੂੰ ਕਹੋ ਵੀ ਜਿਹੜਾ ਬਜਟ ਹੈ ਨਾ ਅੱਜ ਹੀ ਜਿਹੇ ਸਿਆਣੇ ਨੇ 700 ਕਰੋੜ ਦਾ ਬਜਟ ਹੈ 6-5 ਕਿ ਮਹੀਨੇ ਲੰਘਾ ਤੇ 2-300 ਕਰੋੜ ਖਰਚਦਾ ਜਿਹੜਾ 400 ਕਰੋੜ ਰਹਿੰਦਾ ਇਹ ਕਹਿੰਨ ਵੀ ਅੱਜ ਤੋਂ ਬਾਅਦ ਸਾਡਾ মিডিਆ ਦਾ ਬਜਟ ਬੰਦ ਤੇ ਸਾਰਾ ਪੈਸਾ ਅਸੀਂ ਇਹਦੇ ਚ ਲਾਉਣਾ ਹੈ 400 ਕਰੋੜ ਫਿਰ ਤਾਂ ਮੈਂ ਮੰਨਾਂ ਵੀ ਇਹ ਕੀਤਾ ਕੁਛ ਕਰਕੇ ਦਿਖਾਉਣ ਦੀ ਹਿੰਮਤ ਹੈ ਤਾਂ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੰਗਰੂਰ ਤੋਂ ਇੰਚਾਰਜ ਬਿੰਨਰਜੀਤ ਗੋਲਡੀ ਜੋ ਜਾਇਜ਼ਾ ਲੈ ਰਹੇ ਨੇ ਦੇਖ ਰਹੇ ਨੇ ਕਿ ਕਿਸਾਨਾਂ ਦਾ ਕਿੰਨਾ ਨੁਕਸਾਨ ਹੋਇਆ ਕਹਿ ਰਹੇ ਨੇ ਕਿ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਪੂਰੇ ਪੱਬਾਂ ਪਾਰਾ ਹੈਲਪ ਕਰਨ ਲਈ ਕਿਤੇ ਨਾ ਕਿਤੇ ਲੋਕਾਂ ਦਾ ਸਾਥ ਦੇਣ ਲਈ ਸੋ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਜਿਹੜਾ ਸਰੰਦ ਚੋ ਆ ਵੱਡੇ ਨੁਕਸਾਨ ਕਰ ਰਿਹਾ ਵੱਡੀਆਂ ਦਿੱਕਤਾਂ ਨੇ ਹਜੇ ਵੀ ਇਹਦਾ ਲੈਵਲ ਆ ਜਿਹੜਾ ਉਹ ਵੱਧਦਾ ਜਾ ਰਿਹਾ ਕਿਤੇ ਨਾ ਕਿਤੇ ਦਿੱਕਤਾਂ ਵੱਡੀਆਂ ਨੇ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਕਿ ਕਿਵੇਂ ਦਾ ਕਿਵੇਂ ਦਾ ਸਿਸਟਮ ਆ ਸਾਰਾ ਕਿਉਂਕਿ ਜਿਹੜਾ ਝੋਨਾ ਉਹ ਕਿਤੇ ਨਾ ਕਿਤੇ ਡੁੱਬਿਆ ਪਿਆ ਜਿਹੜਾ ਝੋਨਾ ਖਰਾਬ ਹੋਊਗਾ ਕਿਸਾਨਾਂ ਦਾ ਕੀ ਬਣੂ ਉਹਨਾਂ ਦਾ ਉਹਨਾਂ ਨੂੰ ਪਨੀਰੀ ਕਿੱਥੇ ਮਿਲੂ ਉਹਨਾਂ ਦਾ ਸਿਸਟਮ ਕੀ ਹੋਊਗਾ ਕਿਉਂਕਿ ਪਨੀਰੀ ਵੀ ਲੈਣੀ ਆ ਜੇ ਦੁਬਾਰਾ ਝੋਨਾ ਲਾਉਣਾ ਤੇ ਉਹਦੀ ਲਵਾਈ ਵੀ ਦੇਣੀ ਆ ਇਸ ਲਈ ਕਿਸਾਨ ਵੱਡੇ ਦੁਖਦਾਈ ਸਮੇਂ 'ਚ ਨੇ ਕਿਤੇ ਨਾ ਕਿਤੇ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਕਿਸਾਨ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮੱਝਾ ਪੰਜਾਬੀ ਲੋਕ ਚੈਨਲ